अगर आपने हमारे चैनल को सब्सक्राइब नहीं किया है तो इसे सब्सक्राइब कर लें। बिल्कुल बैठेगी जी, बंदरी का समर्थन करांगे, बिल्कुल करांगे। कुछ देश विरोधी ताकत अपने पैर जमा रही ने, जो किसानों के मोढ़े से रख के देश का एक माहौल खराब करना चाहदिया ने। राजनीतिक दलों ने, चाहे अकाली दल चाहे कांग्रेस, सब ने समर्थन किया। दुकानदार किसान वीर का दिलों समर्थन करता हाँ। असं सरकार कहने भी ये काला कानून जो किसानों के विरुद्ध से आढ़तियों के विरुद्ध किया, कमीशन जनता के यू वापस कर। जरा बंद है ये अपना एक अंदोलन है जोड़ा कां किसानों का, यह मतलब सारे लोगों, चाहे दुकानदार है चाहे मजदूर है चाहे कोई कोई भी अपना जो भी काम कर रहा है, उसनू इस बंद के नाल समर्थन करना चाहिए, क्योंकि यह एक कल्ले किसान नहीं, कोई भी मजदूर है दुकानदार है सारे ये बिल के नाल मरणगे। जे आपां इन्हां दा समर्थन नहीं करांगे तां इन्हां दे नाल दुकानदार जां आपां सारे मरांगे। बिल्कुल बैठेगी जी, बंद भी दा समर्थन करांगे, बिल्कुल करांगे। ये जिहड़ा बिल है यह किसानां दे मौत दे वरंटां ते सैन है, जो भी बंदे ने इहदे विरुद्ध हक च सैन करके आए है उन्हां ने इत्ते किसानां नूं मारू वरंट सैन कीते है। ये असी सारी कांग्रेस पार्टी नहीं, असी खुद दुकानदार जाए कोई भी हैं, असी इन्हां दा मतलब विरोध करते हैं बिल का। जिहड़ा कल दा धरना हैगा किसान यूनियन दा धरना है, साडी कांग्रेस पार्टी दी किसानां नूं पूरी सपोर्ट है धरने दे विच, क्योंकि जिहड़ा सेंटर सरकार ने मोदी सरकार ने किसानां दे विरुद्ध काला कानून पास किया है, उहदे नाल किसानां दा व्यापारियों का बहुत ज़्यादा लॉस होना है। इसलिए असीं इह सरकार नूं कहिंदे आं वी इह काला कानून जिहड़ा किसानां दे विरुद्ध ते आढ़तियां दे विरुद्ध कीता है कमीशन एजेंटां दे, इहनूं वापस लै लो। ते सर जिवें मोदी जी कह रहे ने बिल दे अंदर कोई खराबी नहीं है, विपक्ष कल्ला रौला ही कर। नहीं, मोदी जी तो कहते हैं, मोदी जी ने पहला कोई गल सही कही है? ਕਿਹੜੀ ਗੱਲ ਮੋਦੀ ਜੀ ਨੇ ਕਹੀ ਹੈ 6 ਸਾਲਾਂ ਦੇ ਵਿੱਚ ਜਿਹੜੀ ਕਹੀ ਉਹ ਪੂਰੀ ਕੀਤੀ ਹੋਵੇ? 15-15 ਲੱਖ ਰੁਪਇਆ ਦੇਵਾਂਗੇ, ਹਰ ਇੱਕ ਦੇ ਅਕਾਊਂਟ ਜਾਊਗਾ, ਲੋਕ ਕਮਲੇ ਹੋ ਗਏ। ਜਿਹਨੇ 1 ਲੱਖ ਰੁਪਇਆ ਕਿਤੇ 5,000 ਨਹੀਂ ਲਿਖਿਆ ਸੀਗਾ, ਉਹ ਬੰਦਾ ਕਹਿੰਦਾ ਮੇਰੇ ਅਕਾਊਂਟ 'ਚ 15 ਲੱਖ ਰੁਪਇਆ ਆਊਗਾ, ਕਮਲੇ ਕਰਤੇ ਨੇ। ਦੱਸੋ ਕਿਹੜੀ ਗੱਲ ਪੂਰੀ ਕੀਤੀ ਹੈ? ਕਿੰਨੇ ਵਾਅਦੇ ਕੀਤੇ ਲੋਕਾਂ ਨਾਲ, ਨੌਜਵਾਨਾਂ ਨੂੰ ਨੌਕਰੀਆਂ ਦੀ ਗੱਲ ਕਹੀ, ਉਹ ਨੌਕਰੀਆਂ ਦੀ ਗੱਲ ਪੂਰੀ ਨਹੀਂ ਕੀਤੀ। ਕੋਈ ਮੋਦੀ ਸਾਹਿਬ ਦੀ ਇੱਕ ਗੱਲ ਦੱਸ ਦਿਓ ਵੀ ਜਿਹੜੀ ਉਹਨੇ ਐਲਾਨ ਕੀਤਾ ਉਹ ਪੂਰੀ ਕੀਤੀ ਹੋ। ਜੇ ਸਰ ਬਿੱਲ ਦੇ ਅੰਦਰ ਸੰਸ਼ੋਧਨ ਕਰਨਾ ਪਿਆ ਤਾਂ ਕੀ ਚੀਜ਼ ਚਾਹੀਦੀ ਹੈ ਲੋਕ ਕਿਸਾਨਾਂ ਨੂੰ? ਨਹੀਂ, ਸੰਸ਼ੋਧਨ ਦੀ ਲੋੜ ਹੀ ਨਹੀਂ, ਜੋ ਸਿਸਟਮ ਚੱਲ ਰਿਹਾ ਬਹੁਤ ਵਧੀਆ ਸਿਸਟਮ ਚੱਲ ਰਿਹਾ। ਹੁਣ ਇੱਕ ਕਿਸਾਨ ਹੈ, ਕਮਿਸ਼ਨ ਏਜੰਟ ਕੋਲ ਆਉਂਦਾ, ਉੱਥੇ ਆ ਕੇ ਆਪਣਾ ਮਾਲ ਵੇਚਦਾ, ਉਹਨੂੰ ਰਾਤ ਬਰਾਤੇ ਜਦੋਂ ਜਿਹੜਾ ਦਰਮਿਆਨਾ ਕਿਸਾਨ ਹੈ ਜਦੋਂ ਉਹ ਆਪਦੀ ਫਸਲ ਵੇਚ ਕੇ ਜਾਂਦਾ, ਉਹਨੂੰ 3-2.5 ਮਹੀਨਿਆਂ ਬਾਅਦ ਪੈਸੇ ਦੀ ਲੋੜ ਪੈਂਦੀ ਹੈ। ਉਹ ਕਮਿਸ਼ਨ ਏਜੰਟ ਕੋਲ ਆ ਕੇ ਆਉਂਦਾ, ਜੇ ਰਾਤ ਨੂੰ ਵੀ ਆ ਜਾਵੇ 12 ਵਜੇ ਤਾਂ ਵੀ ਕਮਿਸ਼ਨ ਏਜੰਟ ਉਹਨੂੰ ਪੈਸੇ ਦਿੰਦਾ। ਇਸ ਕਾਨੂੰਨ ਦੇ ਨਾਲ ਦੱਸੋ ਜ਼ਿਮੀਂਦਾਰ ਕਿਹਦੇ ਜਾ ਕੇ ਪੈਸੇ ਲਊਗਾ ਜੇ ਉਹਨੂੰ ਐਮਰਜੈਂਸੀ ਲੋੜ ਪੈ? ਸਰਕਾਰ ਦਿਊਗੀ ਰਾਤ ਨੂੰ 12 ਵਜੇ ਬੈਂਕ ਖੋਲ੍ਹ ਕੇ ਪੈਸੇ ਕੋਲ? ਇਹ ਤਾਂ ਬਹੁਤ ਵੱਡਾ ਘਪਲਾ ਹੋ ਰਿਹਾ, ਬਹੁਤ ਵੱਡਾ ਧੋਖਾ ਕਿਸਾਨਾਂ ਨਾਲ ਹੋ ਰਿਹਾ, ਵਪਾਰੀਆਂ ਨਾਲ ਹੋ ਰਿਹਾ। ਇਸ ਕਰਕੇ ਸਰਕਾਰ ਨੂੰ ਇੱਡੀ ਵੱਡੀ ਵਰਲਡ ਲੈਵਲ 'ਤੇ ਬਿਮਾਰੀ ਚੱਲ ਰਹੀ ਹੈ, ਇਹਨਾਂ ਨੂੰ ਬਿਮਾਰੀ ਦੀ ਕੋਈ ਪਰਵਾਹ ਨਹੀਂ ਹੈ। ਉਸ ਨੂੰ ਵੀ ਇਹਨਾਂ ਨੇ ਬਿਮਾਰੀ ਦੀ ਪਰਵਾਹ ਨਾ ਕਰਦੇ ਹੋਏ ਵੀ ਇਹ ਕਾਨੂੰਨ ਧੱਕੇ ਨਾਲ ਪਾਸ ਕਰਤਾ। ਫਿਰ ਹੋਰ ਦੇਖੋ, ਤੁਸੀਂ ਤਾਂ ਮੇਰੇ ਪ੍ਰੈਸ ਵਾਲੇ ਵੀਰ ਹੋ, ਰੋਜ਼ ਦੇਖਦੇ ਹੋ, ਜਿੱਦਣ ਰਾਜ ਸਭਾ ਵਿੱਚ ਇਹ ਬਿੱਲ ਪਾਸ ਕੀਤਾ ਕੋਈ ਵੋਟਿੰਗ ਨਹੀਂ, ਜਦੋਂ ਪਾਸ ਕੀਤਾ ਉਦੋਂ TV ਵੀ ਬੰਦ ਕਰਤਾ 5 ਮਿੰਟਾਂ ਵਾਸਤੇ ਵੀ ਤੁਸੀਂ ਪਾਸ ਕਰਨਾ। 1 ਵਜੇ ਦਾ ਟਾਈਮ ਫਿਕਸ ਸੀਗਾ ਰਾਜ ਸਭਾ ਦਾ, 1 ਦਾ ਟਾਈਮ ਲੰਘਿਆ, ਤੁਸੀਂ ਅਗਲੇ ਦਿਨ 'ਤੇ ਲੈ ਜਾਓ, ਬਹਿਸ ਕਰੋ ਉਹਦੇ ਉੱਤੇ, ਆਪੋਜੀਸ਼ਨ ਦੀ ਗੱਲ ਸੁਣੋ, ਫਿਰ ਵੋਟਿੰਗ ਕਰੋ, ਵੋਟਿੰਗ ਵੀ ਨਹੀਂ ਕੀਤੀ, ਫਿਰ ਆਰਡੀਨੈਂਸ ਜਾਰੀ ਕਰਨ ਦੀ ਕੀ ਲੋੜ ਸੀ?
ਸਿੱਧਾ ਬਿੱਲ ਲਿਆਉਂਦੇ ਪਾਰਲੀਮੈਂਟ ਦੇ ਵਿੱਚ, ਰਾਜ ਸਭਾ ਦੇ ਵਿੱਚ ਪਾਸ ਕਰਾਉਂਦੇ। ਇਹਦਾ ਜਿਹੜੀ ਤੁਸੀਂ ਮੋਦੀ ਸਾਹਿਬ ਵਾਲੀ ਗੱਲ ਕਹਿੰਦੇ, ਮੋਦੀ ਸਾਹਿਬ ਨੇ ਗੱਲ ਕੀਤੀ, ਮੈਨੂੰ ਇੱਕ ਇੱਕ ਗੱਲ ਦੱਸਦੇ ਵੀਰ ਨੇ ਆਹ ਪੂਰੀ ਕੀਤੀ। ਜੋ ਕੱਲ੍ਹ ਦੀ ਬੰਦ ਕੋਲ ਕੀਤੀ ਗਈ ਹੈ, ਅਸੀਂ ਸਾਰੇ ਕਿਸਾਨਾਂ ਨੂੰ ਇਹੀ ਅਪੀਲ ਕਰਾਂਗੇ ਕਿ ਪਹਿਲਾਂ ਜੋ ਕੇਂਦਰ ਸਰਕਾਰ ਵੱਲੋਂ ਬਿੱਲ ਪਾਸ ਕੀਤਾ ਗਿਆ ਹੈ, ਇਸ ਨੂੰ ਇੱਕ ਵਾਰ ਖੁਦ ਪੜ੍ਹਨ, ਕਿਸੇ ਵੀ ਰਾਜਨੀਤਿਕ ਦਲ ਦੇ ਬਹਿਕਾਵੇ ਵਿੱਚ ਨਾ ਆਉਣ। ਇਸ ਬੰਦ ਦੀ ਆੜ ਵਿੱਚ ਕੁਛ ਦੇਸ਼ ਵਿਰੋਧੀ ਤਾਕਤਾਂ ਆਪਣੇ ਪੈਰ ਜਮਾ ਰਹੀਆਂ ਨੇ, ਜੋ ਕਿਸਾਨਾਂ ਦੇ ਮੋਢੇ 'ਤੇ ਰੱਖ ਕੇ ਦੇਸ਼ ਦਾ ਇੱਕ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਨੇ। ਇਸ ਨੂੰ ਲੈ ਕੇ ਅਸੀਂ ਕਿਸਾਨਾਂ ਨੂੰ ਫਿਰ ਇਹੀ ਅਪੀਲ ਕਰਦੇ ਹਾਂ ਕਿ ਇੱਕ ਵਾਰ ਬਿੱਲ ਖੁਦ ਪੜ੍ਹਨ, ਨਾ ਕਿ ਕਿਸੇ ਰਾਜਨੀਤਿਕ ਦਲ ਦੀ ਔਟ ਜਾਣ। ਕਿਉਂਕਿ ਜਦੋਂ ਬਿੱਲ ਪਾਸ ਹੋਇਆ ਸੀ, ਉਦੋਂ ਸਾਰੇ ਹੀ ਰਾਜਨੀਤਿਕ ਦਲਾਂ ਨੇ, ਚਾਹੇ ਅਕਾਲੀ ਦਲ ਚਾਹੇ ਕਾਂਗਰਸ, ਸਭ ਨੇ ਸਮਰਥਨ ਕੀਤਾ ਸੀ ਅਤੇ ਵੋਟਿੰਗ ਸਮੇਂ ਇਸ ਦੇ ਹੱਕ ਵਿੱਚ ਵੋਟ ਪਾਈ ਸੀ। ਅੱਜ ਆਪਦੀ ਜ਼ਮੀਨ ਖਿਸਕਦੀ ਵੇਖ ਕੇ ਇਹ ਸਭ ਦਲ ਜਾਣ ਬੁੱਝ ਕੇ ਕਿਸਾਨਾਂ ਨੂੰ ਗੁੰਮਰਾਹ ਕਰਕੇ ਸੜਕਾਂ 'ਤੇ ਲਿਆ ਰਹੇ ਨੇ, ਜਿਸ ਦੇ ਆੜ 'ਚ ਇੱਕ ਵੱਡਾ ਹਾਸਾ ਘਟਣ ਦਾ ਸ਼ੰਕਾ ਹੈ। ਅਸੀਂ ਕਿਸਾਨਾਂ ਦੇ ਹੱਕ ਵਿੱਚ ਹਾਂ, ਕੱਲ੍ਹ ਦੇ ਬੰਦ ਦਾ ਅਸੀਂ ਪੂਰਾ ਸਮਰਥਨ ਕਰਦੇ ਹਾਂ। ਅਸੀਂ ਕੱਲ੍ਹ ਬਾਜ਼ਾਰ ਬੰਦ ਰੱਖਾਂਗੇ। ਅਸੀਂ ਇਸ ਬਿੱਲ ਦਾ ਵਿਰੋਧ ਵੀ ਕਰਦੇ ਹਾਂ। ਹਾਂਜੀ, ਅਸੀਂ ਸਾਰੇ ਦੁਕਾਨਦਾਰ ਹਾਂ, ਅਸੀਂ ਕਿਸਾਨਾਂ ਦਾ ਸਮਰਥਨ ਕਰਦੇ ਹਾਂ। ਜਿਹੜਾ ਮੋਦੀ ਨੇ ਇਹ ਕਾਲਾ ਕਾਨੂੰਨ ਲਿਆਂਦਾ, ਇਹ ਬਹੁਤ ਗਲਤ ਗੱਲ ਹੈ ਇਹਦੇ ਵਾਸਤੇ, ਅਤੇ ਸਾਰੇ ਕਿਸਾਨਾਂ ਦਾ ਅਸੀਂ ਸਮਰਥਨ ਕਰਾਂਗੇ। ਕੱਲ੍ਹ ਦੇ ਬੰਦ ਦਾ ਅਸੀਂ ਪੂਰਨ ਤੌਰ 'ਤੇ ਸਮਰਥਨ ਕਰਦੇ ਹਾਂ। ਅਸੀਂ ਕਿਸਾਨਾਂ ਦੇ ਨਾਲ ਖੜ੍ਹੇ ਹਾਂ, ਅਤੇ ਮੋਦੀ ਸਰਕਾਰ ਨੂੰ ਇਹ ਕਾਲਾ ਕਾਨੂੰਨ ਵਾਪਸ ਕਰਨਾ ਚਾਹੀਦਾ, ਅਤੇ ਕੱਲ੍ਹ ਦੇ ਬੰਦ ਦਾ ਅਸੀਂ ਪੂਰਨ ਤੌਰ 'ਤੇ ਸਹਿਯੋਗ ਦੇਵਾਂਗੇ। ਇਹਦਾ ਅਸੀਂ ਹੱਕ 'ਚ ਆ, ਅਤੇ ਮਾਰਕੀਟ ਪੂਰੀ ਅਸੀਂ ਪੂਰਨ ਤੌਰ 'ਤੇ ਬੰਦ ਕਰਾਂਗੇ। ਸਾਰਾ ਵਪਾਰੀ ਵਰਗ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੁੜ ਕੇ ਕਰ। ਮੈਂ ਵਿੱਕੀ ਸਿਲੈਕਸ਼ਨ, ਦੁਕਾਨਦਾਰ, ਕਿਸਾਨ ਵੀਰਾਂ ਦਾ ਦਿਲੋਂ ਸਮਰਥਨ ਕਰਦਾ ਹਾਂ। ਜੋ ਮੋਦੀ ਸਰਕਾਰ ਨੇ ਇਹ ਕਾਲਾ ਬਿੱਲ ਸਾਡੇ ਅੰਨਦਾਤਾ ਦੇ ਵਿਰੁੱਧ ਪਾਸ ਕੀਤਾ ਹੈ, ਇਹਨੂੰ ਵਾਪਸ ਕਰਨ ਦੀ ਮੰਗ ਕਰਦਾ। ਇਹ ਬਿੱਲ ਵਾਪਸ ਲਿੱਤਾ ਜਾਵੇ, ਅਤੇ ਕੱਲ੍ਹ ਸਾਰੇ ਵਪਾਰੀ ਵੀਰਾਂ ਨੂੰ ਬੇਨਤੀ ਕਰਦਾ ਹੈ ਕਿ ਮੈਂ ਤਾਂ ਦੁਕਾਨ ਬੰਦ ਰੱਖਾਂਗਾ ਜੀ, ਅਤੇ ਤੁਸੀਂ ਵੀ ਸਾਰੇ ਕਿਸਾਨ ਵੀਰਾਂ ਦਾ ਸਮਰਥਨ ਕਰੋ ਅਤੇ ਦੁਕਾਨਾਂ ਬੰਦ ਰੱਖੋ। ਅਗਰ ਆਪਨੇ ਹਮਾਰੇ ਚੈਨਲ ਕੋ ਸਬਸਕ੍ਰਾਈਬ ਨਹੀਂ ਕੀਆ ਹੈ ਤੋ ਇਸੇ ਸਬਸਕ੍ਰਾਈਬ ਕਰ ਲੇਂ।